ਗੁੱਡ ਮਾਰਨਿੰਗ, ਕਿਵੇਂ ਆ ਸਾਰੇ? ਉੱਕਾ ਦੇ ਕੇ ਵਧੀਆ ਹੋਣਗੇ, ਲੱਜਾ ਪਾਜ ਵਾਲਾ ਇੰਟਰਸਟਿੰਗ ਜਿਹਾ ਬਲੌਗ ਕਰਦੇ ਹਾਂ, ਸਟਾਰਟ ਆ ਸਾਡੇ ਨਾਲ। ਸਵੇਰੇ ਸਵੇਰੇ ਬਹੁਤ ਜ਼ਿਆਦਾ ਐਨਰਜੀ ਆਈ ਹੋਈ ਆ। ਉਹ ਕੱਲ੍ਹ ਐਨਰਜੀ ਦਾ ਕਾਰਨ ਹੈਗਾ ਜੀ, ਅੱਜ ਹੈਗਾ ਗਗਨ ਦਾ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ ਜੀ। ਹਾਂਜੀ, ਤੇ ਆਪਾਂ ਮਾਰਨਿੰਗ ਮਾਰਨਿੰਗ ਰੈਡੀ ਹੋ ਗਏ ਕਿਉਂਕਿ ਗਗਨ ਨੇ ਫਿਰ ਕਲਾਸ ਲਾਉਣ ਜਾਣਾ, ਤੇ ਮੈਂ ਥੋੜ੍ਹਾ ਜਿਹਾ ਬਰਨਾਲੇ ਕੰਮ ਜਾ ਕੇ ਆਉਣਾ। ਉਸ ਤੋਂ ਬਾਅਦ ਆਵਾਂਗੇ ਤੇ ਗਗਨ ਨੂੰ ਬਰਨਾਲੇ ਲੈ ਕੇ ਆਵਾਂਗੇ ਮੁੜਦੇ ਹੋਏ ਵਾਪਸੀ ਤੇ ਆਪਾਂ, ਤੇ ਫਿਰ ਕਰ ਦਾਂਗੇ ਬਰਥਡੇ ਦੀ ਤਿਆਰੀ। ਤੇ ਗਗਨ, ਅੱਜ ਤੇਰੇ ਬਰਥਡੇ ਦੀ ਇੰਤਜ਼ਾਰ ਕਿੰਨੇ ਘੰਟੇ ਹੁੰਦੇ ਸੀ? ਮੇਰਾ ਤਾਂ ਬਹੁਤ ਟਾਈਮ ਦਾ ਸੀ। ਦੇਖੋ, ਜੁਲਾਈ ਵਿੱਚ ਦੀਦਾ ਬਰਥਡੇ ਹੁੰਦਾ, 6 ਜੁਲਾਈ ਨੂੰ। ਉਦੋਂ ਤਾਂ ਮੈਂ ਪਤਾ ਹੈ, ਮਤਲਬ ਕਿ ਅਸੀਂ ਸਮਝ ਲਓ ਕਿੰਨੇ ਇੱਕ ਦਿਨ ਮਸਾਂ ਉਂਗਲਾਂ ਦੇ ਕੱਟ ਕੱਟ ਉਂਗਲਾਂ ਦੇ ਕੀ ਕਰਕੇ ਕੀਤਾ ਵਾ, ਉਂਗਲਾਂ ਤੇ ਗਿਣ ਗਿਣ ਕੇ ਕੱਟਿਆ ਵਾ। ਤੁਸੀਂ ਆਪੇ ਸਮਝੋ ਜਿਹੜਾ ਕਿ ਮੈਂ ਕਹਿਣਾ ਚਾਹੁੰਦਾ ਕਿ ਮੈਂ ਇੱਕ ਇੱਕ ਦਿਨ ਮਸਾਂ ਕੱਢਿਆ। ਸੋ ਫਾਈਨਲੀ ਕਿੰਨੇ ਟਾਈਮ ਬਾਅਦ ਅੱਜ ਜਿਹੜਾ ਕਿ ਫਾਈਨਲੀ ਮੇਰਾ ਹੈਪੀ ਬਰਥਡੇ ਆ ਹੀ ਗਿਆ ਵਾ ਆਖਰ ਨੂੰ। ਸੋ ਅੱਜ ਮੇਰਾ ਹੈਗਾ ਬਰਥਡੇ, ਸੋ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਆਪਣੇ ਬਰਥਡੇ ਦੀ, ਤੁਸੀਂ ਬੋਲ ਸਕਦੇ ਹੋ ਜੀ। ਜਲਦੀ ਜਲਦੀ ਮੈਨੂੰ ਵਿਸ਼ ਕਰ ਦੋਗੇ? ਹਾਂਜੀ, ਸਾਰੇ ਜਣੇ ਮੈਨੂੰ ਵਿਸ਼ ਕਰ ਦਿਓ ਜਲਦੀ ਜਲਦੀ। ਬਹੁਤ ਜਣੇ ਨੇ ਕਰਤਾ, ਜਿਨ੍ਹਾਂ ਨੇ ਕਰਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਗਿਫਟਾਂ ਦੀ ਖੇਚਲ ਨਾ ਕਰੋ, ਮੈਂ ਸਿੱਧੇ ਅਕਾਊਂਟ 'ਚ ਹੀ ਪਾ ਦਿਓ, ਮੈਂ ਨੰਬਰ ਦੇ ਦਿਓ ਥੱਲੇ। ਚਲੋ ਜੀ, ਹੁਣ ਆਪਾਂ ਤੁਹਾਨੂੰ ਉਸ ਤੋਂ ਬਾਅਦ ਮਿਲਾਂਗੇ, ਜਦੋਂ ਮੈਂ ਕਲਾਸ ਤੋਂ ਬਾਅਦ ਆ ਗਿਆ ਉਦੋਂ ਮਿਲਾਂਗੇ। ਹੁਣ ਤੁਹਾਨੂੰ ਜੇ ਅਸੀਂ ਕੇਕ ਕੱਟ ਕਰਾਂਗੇ। ਪਹੁੰਚ ਗਏ ਜੀ ਗਗਨ ਦੇ ਇੰਸਟੀਟਿਊਟ 'ਤੇ। ਗਗਨ ਦੀ ਕਰ ਰਹੇ ਹਾਂ ਵੇਟ, ਦੇਖਦੇ ਹਾਂ ਕਦੋਂ ਆਉਂਦੀ ਹੈ, ਅਤੇ ਫਿਰ ਚੱਲਦੇ ਹਾਂ ਆਪਾਂ ਗਗਨ ਦੀ ਪਾਰਟੀ ਦੇ ਲਈ ਕੁਛ ਲੈਣ ਬਾਜ਼ਾਰ 'ਚੋਂ। ਅਤੇ ਆਪਾਂ ਹੁਣ ਇੱਥੇ ਕੱਢ ਕੇ ਉਹਦੀ ਵੇਟ ਕਰ ਰਹੇ ਹਾਂ, ਅਜੇ ਆਈ ਨਹੀਂ ਗਗਨ। ਆਉਣ ਤੋਂ ਜਲਦੀ ਦੇਖਦੇ ਉਹਦੇ ਕੀ ਰਿਐਕਸ਼ਨ ਹੁੰਦੇ ਆ। ਫਾਈਨਲੀ ਗਗਨ ਆ ਗਏ ਜੀ ਇੰਸਟੀਟਿਊਟ ਤੋਂ। ਆ ਕੀ ਲਈ ਫਿਰਦੀਆਂ? ਕੁਲਚੇ ਵੀ ਖਾਏ ਜੀ? ਵੱਲੇ ਕੁਲਚੇ ਕਿੱਧਰ ਖਾਏ? ਮੇਰੇ ਵਾਸਤੇ ਲੈ ਕੇ ਜੀ। ਚੱਲ ਵਧੀਆ ਗੱਲ ਆ, ਚੱਲ ਕੁਲਚਾ ਖਵਾਈ ਵੱਡੇ। ਬਸ ਚੱਲੀਏ ਫਿਰ ਆਉਣ ਘਰ ਨੂੰ। ਮੈਨੂੰ ਇੱਕ ਆ ਸੋਹਣਾ ਲੱਗਿਆ ਤੇ ਉੱਥੇ ਇੱਥੇ ਇੱਕ ਉਹ ਪਿਆ। ਫਾਈਨਲੀ ਆਪਾਂ ਉਹ ਵਾਲਾ ਕੇਕ ਲੈ ਲਿਆ, ਬਹੁਤ ਸੋਹਣਾ ਹੋ ਗਿਆ। ਸਾਰਾ ਸਮਾਨ ਲੈ ਕੇ ਫਾਈਨਲੀ ਆਪਾਂ ਘਰ ਪਹੁੰਚ ਗਏ। ਦੇਖੋ ਕਿੰਨੀ ਕੇਕ ਨੂੰ ਲੈ ਕੇ ਐਕਸਾਈਟਮੈਂਟ ਆ। ਕੀ ਦੇਖਣਾ? ਪਹਿਲਾਂ ਹੀ ਚਲਾ ਕੇ ਦੇਖਣਾ? ਨਾ ਨਾ, ਫਿਰ ਬਾਅਦ ਖਰਾਬ ਹੋ ਜੂ ਉਹ। ਰਮਾਨ ਦੇਖਿਆ ਇਹਦਾ ਕਿੰਨਾ ਦਵਾਂਗਾ? ਹੈਪੀ ਬਰਥਡੇ ਅੜੀ ਦੇ ਕਹਿਣਾ ਹੈਪੀ ਬਰਥਡੇ ਗਰਲ।
निकल गई एडी फूक भी नहीं यार मोटू दे टैड देख पहला टी शर्ट तो बाहर आने लग गया पा वा वीडियो बिच जन्मदिन पैदा बलून कित चलाओगे जी बलून लाने थली छेटा हाँ जी आप आए हैं इतने होटल से समा लैन क्योंकि अपने घर गैसट आए हुए हैं सो दीप उ समान लैन गए हुए हैं तो उस बाद घर चल के आप रेडी वगैरह होवे फिर केक कट करेंगे भाई मैं कर दो बस चलो फोटो नहीं खिंच रहा मैं वीडियो बना रहा घर वाली दे जन्मदिन का चा गा घर वाली दे जन्मदिन का चा इधर खिंची जाती फोटो इधर आ फोन च देखो कैसे निकलो इसमें केक का मन नहीं करता ना केक बनवा ली
मर्सिडी ते मेरे पोर्टल से फोटो खींच के जमा अंदरों आऊ यार पोर्ट्रेट च नहीं ना आंदी आंदी है घंट दी फोटो एक दिन करके हिट दा पोर्ट्रेट ते सोनी होदी है ओदे नाल ओदे नु घंट आंदी ओनु केक दा खवा दो अभी केक दा खवा दे चाचा असि भी रखणा आप नु मैं हिट के तेन नहीं खवाई इधर टाको इधर टाको ही टाके तो सही हाँ जी आप केक वगैरह कट करके आ गए हैं आउटलेट आप सोचा कि घर आप पार्टी कर ली है घर लेना हम आप बाहर जाने हैं थोड़ा ना बहर आउटिंग खाने फास्ट फूड बहुत टाइम बाद फास्ट फूड खाने लगे हैं हाँ जी सो आप देखते हैं कि आप की खाने की नहीं पहले तो आप थोड़े जे इतने गेड़े छिड़े कर देने फिर उस तो बाद जाने खाण वाल हूँ फिर आप उस बाद घर भी जाना क्योंकि ऑलरेडी टाइम 7:16 हो गया तो बहुत ज़्यादा नेरा होया पा क्योंकि तुम्हें पता धुंद धुएं जिदा करके पराली लोग अग लाने वे करके धुआं बहुत ज़्यादा होया हो सो आप हम आप थोड़े इंजॉय कर लीए कर चार कोशिया हाँ जी हम आप आ गए बर्गर किंग वाले आप इतने अंदर जाके देखते हैं कि आप खाने की नहीं खाने सो आप अंदर जाके दिखाने चार जने बीपू चल वधिया गल है तेरे वाल सही है बस उल्टी करना सही है चलो ये सामान कर लेके जाओ